साल 2015 च फरीदकोट बुरज जवाहर सिंह वाला चो श्री गुरु ग्रंथ साहिब दा पावन सरूप चोरी होया सी, जिस तो बाद गुरु साहिब दे पावन सरूप की बेअदबी की गई। उस मामले च CBI वालों मुड़ तो जांच शुरू कर दी गई है, जिसनू लैके CBI दे 6 दे करीब अधिकारी बरगाड़ी दे पिंड बुरज जवाहर सिंह वाला पहुंचे। अधिकारियों ने गुरद्वारा साहिब दे हैड ग्रंथी गोरा सिंह नू कुछ सवाल जवाब किए। नाल ही गुरद्वारा साहिब की खजानची बीबी प्रीतम कौर के अलावा एक होर व्यक्ति रणजीत सिंह तो भी जानकारी हासिल की। करीब 2 घंटे तक CBI के अधिकारियों द्वारा गुरद्वारा साहिब लोगों गलबात की गई। अज ही वह कहें भी असी यह दूजा पुछगछ जी पुरानी आई सत पुछगछ की है। नहीं, जिस तरह कि 2015 च इतों महाराज जी का सरूप चोरी होया सी, उसनों लैके सवाल किए गए या कोई होर नवी कोई गल पेश? नहीं, नवी नहीं, उस लैके ही जी किमें होया सीगा, तुसीं कित्थे गए, जिहड़ी साथों पहला पुछगछ करदे रहे उही अज सत सवाल पुछे जी। हुण तक जे गल करिए तां किन्ना किन्ना लो जिहड़ी तुहाडे तों पुछगिछ हो चुकी है SIT वल्लों या CBI वल्लों, किन्ना किन्ना? साडे तों जी SIT वल्लों भी की गई है, CBI ने साडे टैस्ट भी कराए सीगे, ਉਹ ਅਸੀਂ ਦਿੱਲੀ ਕਰਾ ਕੇ ਆਏ। ਨਹੀਂ, ਦੂਜੇ ਆਪਣੇ ਲਾਈਟ ਡਿਟੈਕਟਰ। ਹਾਂ ਹਾਂਜੀ। ਅੱਛਾ, ਤੇ ਉਸ ਤੋਂ ਬਾਅਦ ਜਿਹੜਾ ਕਮਿਸ਼ਨ ਭਰਿਆ ਸੀਗਾ ਰਣਜੀਤ ਸਿੰਘ, ਉਹਨਾਂ ਨੇ ਪੁੱਛਗਿਛ ਕੀਤੀ ਹੈ ਜੀ। ਦੱਸਿਆ ਜਾਂਦਾ ਕਿ ਜਿਹੜੇ ਜਦੋਂ ਜਾਂਚ ਦੌਰਾਨ ਤੁਹਾਡੇ ਨਾਲ ਕੁਛ ਮਤਲਬ ਟਾਰਚਰ ਵੀ ਤੁਹਾਨੂੰ ਕੀਤਾ ਗਿਆ ਸੀਗਾ, ਕੀ ਸਾਹਮਣੇ ਆਇਆ ਸੀ ਉਦੋਂ ਸਰ? ਉਦੋਂ ਕੁਛ ਵੀ ਨਹੀਂ ਜੀ, ਉਦੋਂ ਕੁਛ ਵੀ ਨਹੀਂ ਆਇਆਗਾ, ਸਗੋਂ ਸਾਨੂੰ ਟਾਰਚ ਕੀਤਾ ਗਿਆ। ਮੇਰੀ ਸਿੰਘਣੀ ਦੀਆਂ 2 ਸਰਜਰੀਆਂ ਹੋਈਆਂ, ਇੱਕ ਮੈਂ ਪਹਿਲਾਂ ਕਰਵਾਈ, ਇੱਕ ਹੁਣ ਹੋਈ ਹੈ ਟਾਰਚ ਨਾਲ। ਅੰਦਰ ਨੁਕਸ ਪੈ ਗਿਆ ਪੇਟ 'ਚ, ਉਹਨਾਂ ਨੂੰ ਕਰੰਟ ਵਗੈਰਾ ਜ਼ਿਆਦਾ ਲਾਏ ਗਏ ਸੀ। ਹਾਂਜੀ, ਜਿਹੜੀ ਉਸ ਦਿਨ ਘਟਨਾ ਹੋਈ ਸੀ ਜਦੋਂ ਇਹ ਸਰੂਪ ਚੋਰੀ ਹੁੰਦਾ, ਹਾਂਜੀ, ਉਸ ਬਾਰੇ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈ ਜਾਂ ਤੁਸੀਂ ਉਦੋਂ ਕਿੱਥੇ ਸੀ ਔਰ ਕੀ ਮਾਹੌਲ ਸੀ ਉਦੋਂ, ਕੀ ਹਾਲਾਤ ਸੀਗੇ? ਹਾਲਾਤ ਤਾਂ ਇਹ ਸੀ ਜੀ, ਮੈਂ ਇੱਕ ਤਾਂ ਉਹਦਾ ਕੰਮ ਕਰ ਗਿਆ ਵਾ ਸੀ ਬੈਂਕ 'ਚ ਜੀ, ਅਤੇ ਦੂਸਰਾ ਮੈਂ ਸਹਿਜ ਪਾਠ ਕਰਦਾ ਸੀਗਾ ਜੀ। ਬੱਚੇ 1 ਜੂਨ ਨੂੰ ਕਲਾਸਾਂ ਲਾਉਣੇ ਹੁੰਦੇ ਆ ਸਾਨੂੰ, ਉਹ ਮੇਰੇ ਸਿੰਘਣੀ ਨੂੰ ਉਹਨਾਂ ਨੇ ਦੱਸਿਆ, ਸਾਰਾ ਕੁਝ ਵੇਖ ਕੇ ਉਹਨਾਂ ਨੇ ਪ੍ਰਧਾਨ ਨੂੰ ਦੱਸਿਆ ਜੀ। ਫਿਰ ਉਹ ਮੈਨੂੰ ਆਪਣਾ ਸੰਤ ਸਿੰਘ ਨੰਬਰਦਾਰ, ਉਹਨਾਂ ਦੇ ਘਰੇ ਮੌਤ ਹੋਈ ਸੀਗੀ, ਉਹਨਾਂ ਦੇ ਘਰੇ ਮੈਂ ਸਾਹਿਬ ਪਾਠ ਕਰੇ, ਫਿਰ ਮੈਨੂੰ ਉੱਥੋਂ ਲੈ ਕੇ ਆਏ ਜੀ ਉਹ। ਹਾਂਜੀ। ਅੱਛਾ, ਇਸ ਸੰਬੰਧ ਵਿੱਚ ਤੁਸੀਂ ਮਤਲਬ ਪਹਿਲਾਂ ਆਪਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਸੀ ਕਿ ਵੀ ਸੂਪ ਚੋਰੀ ਹੋਈ ਤੋਂ ਬਾਅਦ ਕੋਈ ਸ਼ੱਕ ਕਿਸੇ ਦੇ ਹੋਵੇ ਤੁਹਾਨੂੰ, ਕਿਉਂਕਿ ਤੁਸੀਂ ਇੱਥੇ ਸੇਵਾ 'ਚ ਨਿਭਾ ਰਹੇ ਸੀ ਉਦੋਂ? ਨਹੀਂ, ਪਹਿਲਾਂ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਜਦੋਂ SIT ਨੇ ਜਾਂਚ ਕੀਤੀ ਹੈ, ਜਦੋਂ ਇੱਥੇ ਸਾਰੇ ਉਹ ਬੰਦੇ ਆਏ ਆ ਜਿਨ੍ਹਾਂ ਨੇ ਕਾਂਡ ਕੀਤਾ ਸੀਗਾ, ਜਿਹੜੇ ਸਰੂਪ ਲੈ ਕੇ ਗਏ ਸੀ, ਉਹ ਸਾਰੇ ਨਗਰ ਦੇ ਮੂਹਰੇ ਇੱਥੇ ਗੁਰਦੁਆਰਾ ਸਾਹਿਬ ਮੰਨ ਕੇ ਵੀ ਗਏ ਸੀ, ਐਂ ਸਰੂਪ ਲੈ ਕੇ ਗਏ। ਉਹ ਡੇਰੇ ਵਾਲੇ ਸੀ ਜੀ, ਇੱਥੇ ਆਏ ਸੀ ਉਹ। ਹਾਂ, ਉਹਨਾਂ ਤੋਂ ਨਿਸ਼ਾਨਦੇਹੀ ਕਰਾਈ ਹੈ ਪੁਲਿਸ ਨੇ ਜੀ। ਪੁਲਿਸ ਨੇ? ਹਾਂਜੀ। ਇਹ ਜਦੋਂ ਉਹਨਾਂ ਨੂੰ ਗ੍ਰਿਫਤਾਰੀ ਹੋਣ ਤੋਂ ਬਾਅਦ? ਹਾਂਜੀ। ਅੱਛਾ, ਅਤੇ ਉਸ ਤੋਂ ਬਾਅਦ ਤੁਹਾਡੇ ਬਿਆਨ ਹੋਏ ਕਿ ਉਸ ਤੋਂ ਪਹਿਲਾਂ ਤੁਹਾਡੇ ਬਿਆਨ ਹੋ ਚੁੱਕੇ ਸੀ ਉਹ ਤੋਂ ਪਹਿਲਾਂ? ਸਾਡੇ ਤਾਂ ਬਿਆਨ ਪਹਿਲਾਂ ਹੋ ਗਏ ਸੀ ਨਾ ਜੀ, ਸਾਨੂੰ ਹੀ 3.5 ਸਾਲ ਸਾਥੋਂ ਹੀ ਬਿਆਨ ਲਈ ਗਏ ਆ, ਸਾਨੂੰ ਹੀ ਪੁੱਛਗਿਛ ਹੋਈ ਹੈ ਜੀ। ਉਸ ਤੋਂ ਬਾਅਦ ਤਾਂ ਫਿਰ ਜਿੰਦਾ ਜਦੋਂ ਕੋਈ ਕੇਸ ਕਲੀਅਰ ਹੋਇਆ ਜਾਂ ਉਦੋਂ ਬਾਅਦ 'ਚ ਉਹ ਸਾਰਾ ਕੁਛ ਮੂਹਰੇ ਆਇਆ ਸਾਹਮਣੇ। ਜਿਵੇਂ SIT ਨੇ ਪਹਿਲਾਂ ਆਪਦੀ ਕਲੋਜ਼ਰ ਰਿਪੋਰਟ ਪੇਸ਼ ਕਰਤੀ, ਸੋਰੀ, CBI ਨੇ ਆਪਦੀ ਕਲੋਜ਼ਰ ਰਿਪੋਰਟ ਪੇਸ਼ ਕਰਤੀ ਸੀਗੀ, ਹਾਂਜੀ, ਅਤੇ ਹੁਣ ਦੁਬਾਰਾ ਇਹ ਜਾਂਚ ਫਿਰ ਕਰ ਰਹੇ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦਾ ਇਨਸਾਫ ਮਿਲ ਸਕਦਾ ਜਿਹੜਾ? ਦੇਖੋ, ਕੀ ਕਹਿ ਸਕਦਾ, CBI ਨੂੰ ਪਤਾ ਹੋਊਗਾ ਜੀ ਕੀ ਇਨਸਾਫ ਦੇਣਗੇ ਉਹਨੂੰ। ਨਹੀਂ, ਹੁਣ ਦੁਬਾਰਾ ਜਾਂਚ ਕਰ ਰਹੇ ਆ, ਤੁਸੀਂ ਤੁਹਾਡਾ ਕੀ ਮੰਨਣਾ ਕਿ ਸਹੀ ਕਰ ਰਹੇ ਆ ਜਾਂ ਹੋਣੀ ਚਾਹੀਦੀ ਹੈ ਕਿ ਜਾਂ ਕੋਈ ਹੋਰ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ? ਨਹੀਂ, ਹੁਣ ਅਸੀਂ ਤਾਂ ਕੀ ਕਹਿ ਸਕਦੇ, ਹੁਣ ਇਹ ਤਾਂ ਜਿਹੜਾ ਅਦਾਲਤ 'ਚ ਚੱਲ ਰਿਹਾ ਮਾਮਲਾ, ਉਹ ਅਦਾਲਤ ਹੀ ਦੱਸੂਗੀ CBI ਕਰ ਸਕਦੀ ਜਾਂ ਕਿਵੇਂ ਹੈ। ਔਰ ਜਿਹੜੀ SIT ਦੂਜੀ ਜਾਂਚ ਕਰ ਰਹੀ ਬਹਿਬਲ ਗਲਾ ਗੋਲੀ ਕਾਂਡ ਦੀ ਕੋਟਪੁਰਾ ਦੀ, ਹਾਂਜੀ, ਉਹਦੇ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ? ਨਵੀਂ SIT ਬਣੀ ਜਿਹੜੀ? ਨਹੀਂ ਜੀ, ਉਹਦੇ ਨਾਲ ਨਹੀਂ ਕੋਈ ਕੀਤੀ ਗਈ ਜੀ। ਕੁੰਵਰ ਵਿਜੇ ਪ੍ਰਤਾਪ ਦੇ ਜਿਹੜੇ ਨੇਤਰਤਵ 'ਚ ਬਣੀ ਹੈ, ਉਹਨਾਂ ਨੇ ਤੁਹਾਨੂੰ ਕੋਈ ਸੱਦਿਆ, ਕੋਈ ਬਿਆਨ ਬਿਆਨ ਦੇਣ ਲਈ? ਨਹੀਂ ਜੀ। ਕਿੰਨੇ ਬੰਦੇ ਜਿਹੜੇ ਅੱਜ ਆਏ ਸਨ? ਇਹ ਤਕਰੀਬਨ 6 ਸੀ ਜੀ। ਕਿੰਨੇ ਜਣਿਆਂ ਦੇ ਬਿਆਨ ਹੋਏ ਆ ਕਾਦੇ ਜੀ ਅੱਜ? ਕਿੰਨੇ ਜਣਿਆਂ ਦੇ ਜਿਹੜੇ ਉਹਨਾਂ ਨੇ ਪੁੱਛਗਿਛ ਕਿੰਨੇ? ਅੱਜ ਮੈਥੋਂ ਕੀਤੀ ਹੈ ਪੁੱਛਗਿਛ ਅੱਜ। ਹਾਂਜੀ, ਹੋਰ ਵੀ ਕਿਸੇ ਤੋਂ ਪੁੱਛਗਿਛ ਕੀਤੀ? ਇੱਕ ਸਾਡੇ ਖਜ਼ਾਨਚੀ ਮਾਤਾ ਪ੍ਰੀਤਮ ਕੌਰ ਜੀ, ਉਹਨਾਂ ਤੋਂ ਪੁੱਛਗਿਛ ਕੀਤੀ ਹੈ। ਠੀਕ, ਹਾਂਜੀ, ਲਗਭਗ ਜੇ ਗਣੀਆਂ 3-4 ਜਣਿਆਂ ਤੋਂ ਅੱਜ ਪੁੱਛਗਿਛ? ਹਾਂਜੀ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ CBI ਦੁਆਰਾ ਆਪਣੀ ਕਲੋਜ਼ਰ ਰਿਪੋਰਟ ਪੇਸ਼ ਕਰਕੇ ਇਸ ਕੇਸ ਵਿੱਚ ਆਪਣੇ ਆਪ ਨੂੰ ਹਟਾਉਣ ਲਈ ਅਦਾਲਤ ਵਿੱਚ ਪੱਖ ਰੱਖਿਆ ਗਿਆ ਸੀ, ਪਰ ਇਸ ਦੇ ਬਾਅਦ CBI ਦੀ ਕਾਰਜਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਅਤੇ ਜਾਂਚ ਨੂੰ ਅਧੂਰਾ ਮੰਨਿਆ ਗਿਆ ਸੀ। ਪਰ ਬਾਅਦ ਵਿੱਚ CBI ਦੁਆਰਾ ਇੱਕ ਤਰਫ ਅਰਜ਼ੀ ਪੇਸ਼ ਕਰਕੇ ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਜਾਰੀ ਰੱਖਣ ਦੀ ਅਦਾਲਤ ਵਿੱਚ ਗੱਲ ਕਹੀ ਗਈ, ਜਿਸ ਦੇ ਚੱਲਦਿਆਂ ਅੱਜ CBI ਦੁਬਾਰਾ ਜਾਂਚ ਕਰਨ ਦੇ ਲਈ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ। ਫਰੀਦਕੋਟ ਤੋਂ ਗੁਰਜੀਤ ਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।